हाँ जी इधर लग्या बोर्ड उपर लगे ढिलों डॉग कैनल है ना, आपां इन्हां दे कैनल दे विच मारदे आ झाती। अजे डॉग शो दे विच मिल गए सानू, देखदे आ किहड़ी किहड़ी ब्रीड लैके आए ने, उन्हां तों सारी जानकारी लवांगे। वीर खड़े ने इन्हां नाल आपां करदे आ गलबात। वीर जी की हाल चाल है? बहुत वधिया वीर जी, होर सुनाओ? बहुत वधिया जी, किवें चलदा कारोबार? बहुत मेहर जी, मालिक दी सैट आ जी। चलो चंगी गल है जी। ते अज दा किवें शो लग रिहा आपां नूं? शो पूरा वधिया भाई जी, वधिया रश है, पूरे फुल रौनक लगी हुई है। अज किहड़ी किहड़ी ब्रीड लैके आए, पहले जानकारी दिओ। अज भाई जी सारियां आल ब्रीड ही हुंदियां आपणे कोले, लैबरे हो गए, कल्चर हो गए, टवाए हो गए, जर्मन हो गए, सिडजू हो गए, अपने को आल ब्रीड ही होंगे भाई जी। आल ब्रीड ही होंगे, हाँ। जेड़े अपने को बच्चे आल ब्रीड दे कह लिए है ना, ये पेपर वाले ने या विदाउट पेपर वाले? विद पेपर भी मिल जाएंगे भाई जी, विदाउट पेपर भी मिल जाएंगे। मतलब सारी वैरायटीआं दे विच दोनों तरह के बच्चे अपने अपने को स्टड है, ज्यादातर सारे केसीआई स्टड है। जेडे लैबरे दे वह भी बॉब लैन दे, राजा लैन दे, ते जेडे दूसरे जर्मन दे सारे ब्लड लैन दे स्टड है जेडे। ਚੰਗੀ ਲਾਈਨ ਦੇ ਸਾਰੇ ਬੱਚੇ ਤੁਹਾਡੇ ਕੋਲੇ? ਹਾਂਜੀ ਹਾਂਜੀ। ਹੁਣ ਪਹਿਲਾਂ ਕਿਹੜੇ ਬੱਚੇ ਦਿਖਾਓਗੇ ਸਾਨੂੰ ਦੱਸੋ? ਆਜੋ ਬੱਚੇ ਪਏ ਜੀ, ਲਓ ਜੀ ਜਰਮਨ ਦੀ ਆਪਾਂ ਗੱਲ ਕਰਦੇ ਹਾਂ। ਜਿਹੜੇ ਇਹ ਬੱਚੇ ਵੀਰ ਹੱਥ 'ਚ ਲਈ ਖੜੇ ਆ, ਇਹ ਬੱਚੇ ਜਰਮਨ ਦੇ ਹੈਗੇ ਆ? ਜਰਮਨ ਦੇ। ਜਰਮਨ ਦੇ ਕਿਹੜੀ ਲਾਈਨ ਦੇ ਹੈਗੇ? ਇਹ ਲਿੰਬੋ ਦੇ ਬੱਚੇ ਆ ਜੀ। ਇਹ ਲਿੰਬੋ ਦੇ ਬੱਚੇ ਹੈਗੇ, ਹਾਂ। ਇਹ ਲਿੰਬੋ ਕਿਹੜੀ ਲਾਈਨ ਦਾ ਬੱਚਾ, ਕਿੱਥੋਂ ਦਾ ਇਹ? ਇਹ ਜਾਂ ਭਾਈ ਰੂਪ ਹਮੀਰਗੜ੍ਹ ਪਿੰਡ ਆ ਬੇ ਜੀ, ਉਹਦਾ ਬੱਚਾ ਹੈਗਾ ਆਹ ਸੁਲਤਾਨ, ਇਹਦੇ ਬੱਚੇ ਆ। ਅਸਾ ਇਹ ਸੁਲਤਾਨ ਦੇ ਬੱਚੇ ਨੇ, ਇਹਨਾਂ ਦੀ ਮਦਰ ਕਿਹੜੀ ਹੈ? ਮਦਰ ਇਹਨਾਂ ਦੀ ਜੀ ਘਰ ਆ ਜੀ। ਠੀਕ ਆ ਜੀ, ਕਿੰਨੇ ਬੱਚੇ ਲੈ ਕੇ ਆਏ ਜਰਮਨ? ਇਹ ਬੱਚੇ ਬਾਈ ਜੀ ਹਜੇ 25 ਦਿਨ ਦੇ ਆ, ਬੁਕਿੰਗ ਵਾਸਤੇ ਲੈ ਕੇ ਆਉਂਦੇ ਹੈਗੇ, ਹਜੇ ਸੇਲ ਵਾਸਤੇ ਨਹੀਂ ਵੀ ਐਂ ਵੀ ਬਾਅਦ 'ਚ ਕੋਈ ਵੀਡੀਓ ਵੇਖ ਕੇ ਬੁੱਕ ਕਰ ਸਕਦਾ? ਠੀਕ ਆ, ਵੀਡੀਓ ਦੇਖ ਕੇ ਬੰਦਾ ਬੁੱਕ ਕਰ ਸਕਦਾ ਜੀ। ਠੀਕ ਆ ਜੀ, ਤੇ ਇੱਕ ਗੱਲ ਹੋਰ ਦੱਸੋ, ਮੇਲ ਫੀਮੇਲ ਕਿੰਨੇ ਨੇ ਇਹਨਾਂ 'ਚ? ਇਹਨਾਂ 'ਚ 3 ਮੇਲ ਆ ਜੀ, 3 ਫੀਮੇਲ ਆ ਜੀ। ਕਿੰਨੀ ਕੁ ਪ੍ਰਾਈਸ ਦੇ ਹੁੰਦੇ ਆ ਬੱਚੇ ਇਹ? ਇਹ ਬਾਈ ਜੀ 12,000 ਰੁਪਏ ਦਾ ਮੇਲ ਆ, 10,000 ਦੀ ਫੀਮੇਲ ਆ। ਥੋੜਾ ਮੋਟਾ ਘੱਟ ਵੱਧ ਹੋ ਜਾਂਦਾ ਮੌਕੇ? ਹੋ ਜੂਗਾ ਜੀ, ਕੋਈ ਗੱਲ ਨਹੀਂ ਮੌਕੇ। ਠੀਕ ਆ ਜੀ, ਇਸ ਤੋਂ ਇਲਾਵਾ ਹੋਰ ਕਿਹੜੇ ਬੱਚੇ ਹੈਗੇ ਆ? ਇਸ ਤੋਂ ਇਲਾਵਾ ਉਹ ਟਵਾਈ ਪਾਉਂਦਾ, ਉਹਦਾ ਸ਼ੋਅ ਕਰਨ ਵਾਸਤੇ ਲੈ ਕੇ ਆਂਦਾਗਾ। ਸਾਢੇ ਜਰਮਨ, ਸਾਢੇ ਜਰਮਨ ਤੋਂ ਮੇਲ ਆ ਜਿਹੜਾ ਸਾਹਮਣੇ ਖੜਿਆ ਕਿ ਆਹ ਦਿਖਾ ਵੀ ਵਾਈਟ ਜਾ, ਇਹ ਇਹ ਸ਼ੋਅ ਕਰਨ ਵਾਸਤੇ ਲੈ? ਸ਼ੋਅ ਕਰਨ ਵਾਸਤੇ, ਸਾਢੇ ਜਰਮਨ ਦਾ ਜੀ। ਇਹ ਵੀ ਘਰ ਦਾ ਬੱਚਾ ਆਪਣਾ? ਹਾਂਜੀ, ਨਹੀਂ ਇਹ ਲੈ ਕੇ ਆਂਦਾ ਸੀਗਾ ਬਾਹਰੋਂ। ਅਸੀਂ ਲੈ ਕੇ ਆਂਦਾ ਸੀਗਾ। ਹਾਂਜੀ, ਬਾਹਰੋਂ ਇਹ ਇੰਪੋਰਟ ਲੈਣ ਦਾ ਜਾਂ ਕਿੱਦਾਂ? ਨਹੀਂ ਹੈ ਤਾਂ ਇਹਦਾ ਫਾਦਰ ਤਾਂ ਇੰਪੋਰਟ ਦਾ ਹੀ ਹੈ ਜੀ। ਅੱਛਾ ਜੀ, ਹਾਂ, ਉਹਨਾਂ ਦਾ ਬੱਚਾ ਲੈ ਕੇ ਆਂਦਾ ਸੀਗਾ। ਠੀਕ ਆ, ਵਿਦ ਪੇਪਰ ਆ ਕੇਸੀਆਈ ਰਜਿਸਟਰਡ ਹੈ। ਇਹਦਾ ਇਹ ਕਿੱਦਾਂ ਸ਼ੋਅ ਕਰਨਾ ਕਿ ਉਦਾਂ ਹੀ ਲੋਕਾਂ ਨੂੰ ਦਿਖਾਉਣ ਵਾਸਤੇ ਆਏ? ਨਹੀਂ ਇਹ ਤਾਂ ਸ਼ੋਅ 'ਚ ਪਾਉਣਾ ਹੈ। ਅੱਛਾ, ਸ਼ੋਅ 'ਚ ਪਾਉਣਾ ਹੈ, ਪੱਪੀਆਂ 'ਚ ਪਊਗਾ ਨਾ? ਪੱਪੀਆਂ ਦੇ ਵਿੱਚ ਪੈ ਜਾਂਦਾ ਇਹ। ਹਾਂਜੀ ਹਾਂਜੀ। ਠੀਕ ਆ ਜੀ, ਇਹਦੀ ਕਿੰਨੀ ਕੁ ਹਾਈਟ ਹੁੰਦੀ ਹੈਗੀ? ਇਹਦੀ ਬਾਈ ਹੁਣ 4 ਮਹੀਨੇ ਦਾ ਜੀ, ਸਮਝ ਲਓ ਵੀ ਹਜੇ ਤੱਕ ਕੁਝ ਵੀ ਨਹੀਂ ਗਿਆ, ਆਮ ਬੱਚੇ ਜਿਹੜਾ ਲੱਗਦਾਗਾ। ਠੀਕ ਆ ਜੀ, ਛੋਟੀ ਹਾਈਟ ਦੇ ਰਹਿਣਾ ਜੀ। ਠੀਕ ਆ, ਮਤਲਬ ਪੱਪੀਆਂ ਦੇ ਵਿੱਚ ਕੀ ਚੈੱਕ ਕਰਦੇ ਨੇ ਸੋ ਦੇ ਵਿੱਚ? ਪੱਪੀਆਂ ਦੇ ਵਿੱਚ ਬਾਈ ਕੁਆਲਿਟੀ ਤੁਰਨਾ, ਬੱਚੇ ਨੇ ਕਿੱਦਾਂ ਦੀ ਕੁਆਲਿਟੀ ਹੈ, ਕੁਆਲਿਟੀ 'ਚ ਪਹਿਲੇ ਨੰਬਰ 'ਤੇ ਆਊਗਾ, ਫਿਰ ਆਲ ਬਰੀਡ ਦੇ ਵਿੱਚ ਜਿਵੇਂ ਪਹਿਲੇ ਨੰਬਰ 'ਤੇ ਆ ਗਿਆ ਨਾ। ਠੀਕ ਹੈ, ਹਾਂ। ਅਤੇ ਇਹਦਾ ਮਤਲਬ ਤੁਸੀਂ ਇਹਨੂੰ ਕੋਈ ਟ੍ਰੇਨਡ ਵਗੈਰਾ ਕੀਤਾ? ਹਾਂਜੀ, ਉਹ ਤਾਂ ਲੀਜ ਪਾ ਕੇ ਤੁਰਨਾ ਪੈਂਦਾ ਹੀ ਹੈ ਬੱਚਾ ਜੀ। ਠੀਕ ਹੈ ਜੀ, ਹੁਣ ਅਗਲੇ ਬੱਚੇ ਹੋਰ ਕਿਹੜੀ ਜਾਣਕਾਰੀ ਦੇਣਾ ਤੁਸੀਂ? ਅਗਲੇ ਬੱਚੇ ਦੇਖੋ ਜਿਹੜੇ ਆਹ ਦਿਖਾਈ ਬਾਈ, ਪੀਲੇ ਜਿਹੇ ਬੱਚੇ ਕਿਹੜੇ ਆ ਇਹ? ਕੱਢੀ ਪਰ ਦੋ ਬੱਚੇ ਚੱਕ ਲਾ ਬਸ ਵਿੱਚੋਂ, ਇੱਥੇ ਖੜ ਕੇ ਗੱਲ ਕਰਦੇ ਆਪਾਂ। ਇਹ ਜਿਹੜੇ ਇਹ ਵਾਲੇ ਬੱਚੇ ਆ, ਇਹ ਕਲਚਰ ਟਵਾਏ ਦੇ ਬੱਚੇ? ਕਲਚਰ ਟਵਾਏ, ਕਲਚਰ ਟਵਾਏ ਤੋਂ ਮੀਨਜ ਮਦਰ ਆ ਜਿਹੜੀ ਕਲਚਰ ਹੈਗੀ, ਫਾਦਰ ਆ ਜਿਹੜਾ ਟਵਾਇਆ ਜੀ। ਮਦਰ ਹੈਗੀ ਆ ਕਲਚਰ ਨਾਲੋਂ, ਛੋਟਾ ਹਾਈਟ ਰਹਿ ਜਾਂਦੀ ਇਹਨਾਂ ਦੀ, ਜੱਤ ਵੱਡੀ ਹੋ ਜਾਂਦੀ ਹੈਗੀ, ਤੇ ਬਰੀਡ 'ਚ ਸੁਧਾਰ ਆ ਜਾਂਦਾ ਯਾਨੀ ਕਿ ਇਹਦੀ ਮੰਨ ਲਓ ਕਲਚਰ ਨਾਲੋਂ ਛੋਟਾ ਸਾਈਜ਼ ਹੋ ਜਾਂਦਾ ਤੇ ਟੋਏ ਨਾਲੋਂ ਵੱਡਾ ਹੋ ਜਾਂਦਾ, ਟੋਏ ਨਾਲੋਂ ਥੋੜਾ ਵੱਡਾ ਹੋ ਜਾਂਦਾ। ਉਹ ਟਵਾਇਆ ਜੀ ਦਾ ਫਾਦਰ ਆ, ਉਹ ਬੈਠਾ ਜਿਹੜਾ ਉਹ ਵਾਲਾ। ਅੱਛਾ, ਉਹਦੀ ਮੀਟਿੰਗ ਦੇ ਬੱਚੇ ਹੈਗੇ, ਇਹਨਾਂ ਦੀ ਮਦਰ ਕਿਹੜੀ ਹੈਗੀ ਆ? ਮਦਰ ਘਰ ਹੀ ਆ ਜੀ। ਮਦਰ ਘਰ ਹੀ ਆ, ਸਾਰੇ ਬੱਚੇ ਘਰ ਦੀ ਆਪਣੇ? ਇਹ ਕਰਦੇ ਆ ਜੀ, ਕਰਦੇ। ਇਹ ਕਿੰਨੀ ਕਿੰਨੀ ਏਜ ਦੇ ਬੱਚੇ ਆ? ਇਹ 4 ਮਹੀਨੇ ਦਾ ਬੱਚਾ ਜੀ। ਸਾਰੇ ਬੱਚੇ 4 ਮਹੀਨੇ ਦੇ? 4 ਮਹੀਨੇ ਦੇ ਜੀ। ਤੇ ਇਹਦੀ ਕਿੰਨੀ ਕੁ ਪ੍ਰਾਈਸ ਹੁੰਦੀ ਆ? ਇਹ ਬਈ ਜੀ 20,000 ਰੁਪਏ ਦਾ ਬੱਚਾ। ਜੇ ਗੱਲ ਕਰੀਏ ਇਹਨਾਂ ਦੀ ਵੈਕਸੀਨੇਸ਼ਨ ਵਗੈਰਾ ਹੋਈ ਆ? ਡਨ ਹੈ ਜੀ ਸਾਰਿਆਂ ਦੀ। ਹਾਂਜੀ ਹਾਂਜੀ। ਠੀਕ ਆ ਜੀ, ਇਹਦੀ ਮੇਲ ਫੀਮੇਲ ਦਾ ਕੋਈ ਰੇਟ ਦਾ ਫਰਕ ਹੁੰਦਾ? ਸੇਮ ਹੀ ਆ ਜੀ, ਸੇਮ ਰੇਟ ਹੈ, ਚਾਹੇ ਮੇਲ ਹੋ ਚਾਹੇ ਫੀਮੇਲ, 20,000 ਦਾ? ਹਾਂਜੀ ਹਾਂਜੀ। ਥੋੜਾ ਮੋਟਾ ਕਨਸੈਸ਼ਨ ਕਰ ਦਿੰਦੇ? ਹਾਂ, ਥੋੜਾ ਮੋਟਾ ਹੋ ਜਾਊ, ਕਈ ਵਾਰੀ ਬੰਦਾ ਕਹਿੰਦਾ ਵੀ ਲੈਣ ਹੀ ਲੈਣਾ ਨਾ। ਹਾਂ, ਨਹੀਂ ਨਹੀਂ ਹੋ ਜਾਊਗਾ ਜੀ, ਉਹਦੇ 'ਚ ਫਰਕ ਹੁੰਦਾ ਨਾ। ਹਾਂਜੀ। ਤੇ ਠੀਕ ਆ, ਹੋਰ ਕਿਹੜਾ ਬੱਚਾ ਦਿਖਾ? ਹੁਣ ਇਸ ਤੋਂ ਬਾਅਦ ਆ ਗਿਆ ਗੋਲਡਨ ਟਿਪਰ ਆ ਗਿਆ ਜੀ, ਇਹ ਵੀ ਬਾਹਰ ਕੱਢੋ ਜੀ। ਅੱਛਾ ਜੀ, ਇਹ ਕਿਹੜੇ ਬੱਚੇ ਹੈਗੇ ਜੀ? ਇਹ ਗੋਲਡਨ ਰਿਟਰੀਵਰ ਹੈ ਜੀ। ਇਹ ਗੋਲਡਨ ਰਿਟਰੀਵਰ, ਤੇ ਇਹ ਕਿੰਨੇ ਬੱਚੇ ਲੈ ਕੇ ਆਏ ਆਪਾਂ? ਇਹ 5 ਬੱਚੇ ਆ ਜੀ। ਟੋਟਲ 5 ਬੱਚੇ, ਪੰਜਾਂ ਦੇ ਵਿੱਚ ਮੇਲ ਫੀਮੇਲ ਕੀ ਲੈ ਕੇ ਆਏ ਹੋ? 2 ਮੇਲ ਆ ਜੀ, 3 ਫੀਮੇਲ ਆ ਜੀ। ਕਿੰਨੀ ਏਜ ਦੇ ਬੱਚੇ ਆ ਇਹ? 45 ਦਿਨ ਦੇ ਬੱਚੇ ਆ ਜੀ। ਇਹ ਬੱਚੇ ਸਾਰੇ ਘਰ ਦੇ ਆਪਣੇ? ਘਰ ਦੇ ਬੱਚੇ ਆ ਜੀ। ਬਾਹਰੋਂ ਤਾਂ ਨਹੀਂ ਲੈਤੇ? ਨਹੀਂ ਨਹੀਂ ਨਹੀਂ, ਘਰ ਦਾ ਸਟੱਡ ਆ ਜੀ, ਘਰ ਦੇ ਬੱਚੇ ਸਾਰੇ। ਕਿਹੜੀ ਲਾਈਨ ਦੇ ਬੱਚੇ ਆ ਇਹ? ਸਨੀ ਸੇਖੋਂ ਦੀ ਬਲੱਡ ਲਾਈਨ ਦੇ ਆ ਜੀ, ਬਿਨਾਂ ਸੇਖੋਂ ਦੇ ਲੈਣਗੇ? ਬਲੱਡ ਲਾਈਨ? ਹਾਂਜੀ ਹਾਂਜੀ, ਬਿਨਾਂ ਪੇਪਰਾਂ ਤੋਂ? ਬਿਨਾਂ ਪੇਪਰਾਂ ਤੋਂ। ਕਿੰਨੀ ਕੁ ਪ੍ਰਾਈਸ ਇਹਨਾਂ ਦੀ? ਇਹ 10,000 ਦਾ ਮੇਲ ਆ ਜੀ, 8,000 ਦੀ ਫੀਮੇਲ ਆ। ਏਜ ਕਿੰਨੀ ਇਹਨਾਂ ਦੀ? ਏਜ 45 ਦਿਨ ਹੈ ਜੀ। ਇਹਨਾਂ ਦੀ ਜਿਹੜੀ ਵੈਕਸੀਨੇਸ਼ਨ ਵਗੈਰਾ? ਵੈਕਸੀਨੇਸ਼ਨ ਹਜੇ ਹੋਈ ਨਹੀਂ ਜੀ। ਅਜੇ ਹੋਣੀ, ਉਹ ਕਦੋਂ ਹੋਣੀ ਇਹਨਾਂ ਦੀ? ਉਹ ਬਸ 4-5 ਦਿਨ ਤੱਕ ਹੋ ਜਾਏਗੀ। ਠੀਕ ਆ ਜੀ, ਤੇ ਇਹਦੇ ਮੇਲ ਫੀਮੇਲ ਦੇ ਰੇਟ ਦੇ ਵਿੱਚ ਫਰਕ ਹੈ ਕੋਈ? ਹਾਂਜੀ, 8,000 ਦੀ ਫੀਮੇਲ ਆ, 10,000 ਦਾ ਮੇਲ ਆ। 8,000 ਦੀ ਫੀਮੇਲ, 10,000 ਦਾ ਮੇਲ। ਠੀਕ ਆ ਜੀ, ਤੇ ਇਹਨਾਂ ਬੱਚੇ ਆਪਾਂ ਡਿਲੀਵਰ ਵੀ ਕਰ ਦਿੰਦੇ ਹਾਂਗੇ? ਹਾਂਜੀ। ਠੀਕ ਆ, ਹੋਰ ਬੱਚੇ ਦਿਖਾਓ।
ਆ ਦਿਖਾਈ ਬਾਈ ਇਹ ਸਟਡ ਕਿਹੜੀ ਲੈਨ ਦਾ ਇਹ ਬੌਬ ਲੈਨ ਦਾ ਜੀ ਬੌਬ ਲੈਨ ਦਾ ਹਾਂ ਰਾਜੇ ਦਾ ਬੱਚਾ ਹੈਗਾ ਇਹ ਠੀਕ ਹੈ ਜੀ ਹਾਂਜੀ ਵੀਰ ਇਹਦਾ ਨਾਂ ਹੈਗਾ ਠੀਕ ਹੈ ਜੀ ਹਾਂ ਮੀਟਿੰਗ ਵਾਸਤੇ ਚੱਲਦੇ ਆ ਇਹ ਕਿੰਨੇ ਚਿਰ ਦਾ ਬੱਚਾ ਇਹ 14 ਮਹੀਨਿਆਂ ਦਾ ਜੀ ਇਹਦਾ ਕਿਦਾਂ ਦਾ ਸੁਭਾਅ ਹੁੰਦਾ ਸੁਭਾਅ ਵਧੀਆ ਫ੍ਰੈਂਡਲੀ ਹੈ ਜੀ ਇਹਦਾ ਠੀਕ ਹੈ ਜੀ ਇਹਦੇ ਕਿੰਨੀ ਕੁ ਪ੍ਰਾਈਸ ਹੈਗੀ ਇਹਦੇ ਬੱਚੇ ਦੀ ਇਹਦੇ ਬੱਚੇ ਦਾ 16000 ਰੁਪਏ ਰੇਟ ਹੈ ਜੀ 16000 ਦਾ ਹਾਂਜੀ ਇਹ ਵਿਦ ਪੇਪਰ ਆ ਵਿਦਆਊਟ ਪੇਪਰ ਨਹੀਂ ਬਿਨਾ ਬਿਨਾ ਪੇਪਰਾਂ ਤੋਂ ਹੈ ਜੀ ਵਿਦ ਪੇਪਰ ਲੈਣਾ 20 ਤੋਂ 25000 ਰੁਪਏ ਦਾ ਬੱਚਾ ਮਿਲ ਜਾਂਦਾ ਇਹਨਾਂ ਦੀ ਆਇਆ ਨਾ ਮਦਰ ਦੇ ਪੇਪਰ ਹਜੇ ਅਪਲਾਈ ਨਹੀਂ ਹੋ ਸਕਦੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਆਪਾਂ 16000 ਰੁਪਏ ਦਾ ਹਾਂਜੀ ਬਿਨਾ ਪੇਪਰ ਆ ਬਿਨਾ ਪੇਪਰ ਤੋਂ 10000 ਰੁਪਏ ਆਪਣੀ ਮੀਟਿੰਗ ਫੀਸ ਹੈ ਦੀ ਸਟਾਰਟ ਦੀ ਠੀਕ ਹੈ ਜੀ ਲੈਬ ਦੀ ਇਹਦੀ ਮੀਟਿੰਗ ਹੈਗੀ ਆ ਲੈਬ ਦੀ ਇਹ ਦੋਨੋਂ ਇੱਕੋ ਨਾਲ ਦੇ ਬੱਚੇ ਆ ਆ ਦਿਖਾਈ ਬਾਈ ਇਹ ਰਾਜਾ ਲੈਣ ਦਾ ਜੀ ਇਹ ਰਾਜਾ ਲੈਣ ਦਾ ਉਹ ਬੌਬ ਲੈਣ ਦਾ ਉਹ ਬੌਬ ਲੈਣ ਦਾ ਇਹ ਇਹਦਾ ਕੀ ਫਰਕ ਆ ਉਹਦੇ ਨਾਲੋਂ ਇਹਨਾਂ ਦਾ ਹੀ ਅੱਡੋ ਅੱਡੀ ਹੁੰਦਾ ਜੀ ਸੈਂਚਾ ਉਹਦਾ ਥੋੜਾ ਜਿਹਾ ਸਾਈਜ਼ ਆ ਜਿਹੜਾ ਛੋਟਾ ਜਿਹਾ ਪੌਟਕ ਸਾਈਜ਼ ਆ ਜਾਂਦਾ ਇਹਦਾ ਸਾਈਜ਼ ਥੋੜਾ ਜਿਹਾ ਵੱਡਾ ਆ ਜਾਂਦਾ ਹੈਗਾ ਕੋਈ ਵੱਡੇ ਸਾਈਜ਼ ਵਾਲਾ ਫਿੱਟ ਕਰਦਾ ਕੋਈ ਛੋਟੇ ਵਾਲਾ ਇਹਨਾਂ ਦੇ ਸਾਈਜ਼ ਆ ਜਿਹੜਾ ਉਹਦਾ ਚੌੜਾ ਜ਼ਿਆਦਾ ਹੁੰਦਾ ਇਹਦਾ ਢਲਵੇਂ ਜ਼ਿਆਦਾ ਹੁੰਦਾ ਇਹ ਕਹਦੀ ਇਹਦਾ ਸਟਰਕਚਰ ਥੋੜਾ ਜਿਹਾ ਹੈਵੀ ਆ ਹਾਂਜੀ ਹਾਂਜੀ ਨਾਲੋਂ ਤੇ ਇਹਦੀ ਮੀਟਿੰਗ ਦਿੰਦੇ ਹੋ ਮੀਟਿੰਗ ਵਾਸਤੇ ਹਾਂਜੀ ਇਹਦੇ ਕੀ ਪ੍ਰਾਈਸ 10000 ਰੁਪਏ ਫੀਸ ਆ ਜੀ 10000 ਇਹਦੀ ਮੀਟਿੰਗ ਦੀ ਫੀਸ ਆ ਜੀ ਇਸ ਤੋਂ ਇਲਾਵਾ ਹੋਰ ਆਪਣੇ ਕੋਲ ਕਿਹੜੀ ਬਰੀਡ ਹੈ ਆਪਣੇ ਕੋਲ ਜਰਮਨ ਦੇ ਆ ਜੀ ਜਰਮਨ ਦੇ ਵੀ ਆਪਣੇ ਉਹ ਸਟੱਡ ਖੜਾ ਹੈਗਾ ਉਹਦੀ ਵੀ 10000 ਰੁਪਏ ਮੀਟਿੰਗ ਫੀਸ ਹੈ ਆ ਜਰਮਨ ਦਿਖਾਈ ਬਾਈ ਆ ਗੱਡੀ ਵੀਰੇ ਆ ਵੀ ਗੱਡੀ ਦੂਜਾ ਮੀਟਿੰਗ ਫੀਸ 10000 ਰੁਪਏ ਹੈ ਸਟਜੂ ਦੀ ਮੀਟਿੰਗ ਆਪਣੇ ਕੋਲੇ 4 ਸਟੱਡ ਹੈ ਸਟਜੂ ਦੇ ਉਹਦੀ 6000 ਰੁਪਏ ਮੀਟਿੰਗ ਫੀਸ ਆਪਣੀ ਸਟਜੂ ਦੀ ਤੇ ਇਹ ਜਰਮਨ ਦਾ ਇਹ ਕਿਹੜੀ ਲੈਣ ਦਾ ਇਹ 3 ਵਾਰੀ ਬੀਪੀ ਬਨ ਲੱਗਿਆ ਹੋਇਆ ਜੀ ਲਿੰਬੋ ਦਾ ਬੱਚਾ ਜੀ ਠੀਕ ਹੈ ਜੀ ਹਾਂ ਚਲੋ ਇਹਨੂੰ ਕਰੀ ਵੀਰੇ ਅੰਦਰ ਆ ਬੱਚੇ ਹੋਰ ਪਏ ਆ ਤੁਹਾਡੇ ਕੋਲੇ ਇਹਨਾਂ ਬਾਰੇ ਜਾਣਕਾਰੀ ਦਿਓ ਕਲਚਰ ਪੌਮ ਆ ਜੀ ਇਹ ਸਾਰਾ ਕਲਚਰ ਪੌਮ ਹੀ ਹਾਂਜੀ ਕਲਚਰ ਪੌਮ ਆ ਪਮੇਰੀਅਨ ਆ ਜੀ ਆਪਣੀ ਠੀਕ ਹੈ ਜੀ ਆ ਬੱਚੇ ਪਮੇਰੀਅਨ ਪਏ ਆ ਜੀ ਇਹ ਵੀ ਬੱਚੇ ਆਪਣੇ ਘਰ ਦੇ ਆ ਨਹੀਂ ਨਹੀਂ ਜੀ ਇਹ ਚੱਕੇ ਹੋਏ ਆ ਬੱਚੇ ਬਾਹਰੋਂ ਆਪਣਾ ਪਮੇਰੀਅਨ ਦਾ ਕੰਮ ਨਹੀਂ ਕਰਦੇ ਜਿਆਦਾ ਚੱਕੇ ਮਤਲਬ ਬੱਚੇ ਜਾਨੀ ਕਿ ਆਪਾਂ ਜੋ ਖਰੀਦ ਲੈਨੇ ਆ ਜਿਹੜੇ ਬਾਹਰੋਂ ਕੋਲੇ ਹੁੰਦੇ ਆ ਹਾਂਜੀ 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 ਜਿਹੜੇ ਆਪਣੇ ਲਿੰਕ ਚ ਬੰਦੇ ਹੁੰਦੇ ਆ ਉਹਨਾਂ ਤੋਂ ਸਾਰੇ ਬੱਚੇ ਖਰੀਦ ਲਈਦੇ ਆ ਜੀ ਠੀਕ ਆ ਜਿਹੜੇ ਤੁਹਾਡੇ ਆਪਣੇ ਸੰਪਰਕ ਦੇ ਵਿੱਚ ਹੁੰਦੇ ਨੇ ਜਾਂ ਕੋਈ ਕਈਆਂ ਕੋਲੇ ਘਰੇ ਇੱਕ ਅੱਧੀ ਫੀਮੇਲ ਹੁੰਦੀ ਆ ਉਹ ਵੀ ਦੇ ਜਾਂਦੇ ਆ ਉਹ ਵੀ ਦੇ ਜਾਂਦੇ ਆ ਹਾਂਜੀ ਠੀਕ ਆ ਜੀ ਇਹ ਕਿੰਨੀ ਏਜ ਦੇ ਬੱਚੇ ਆ ਇਹ 35 ਦਿਨ ਦੇ ਪਲੱਸ ਆ ਬੱਚੇ 4000 ਦਾ ਮੇਲ ਹੈ 3000 ਦੀ ਫੀਮੇਲ ਆ 4000 ਦਾ ਮੇਲ 3000 ਦੀ ਫੀਮੇਲ ਰੇਟ ਫਾਈਨਲੀ ਹੋਊਗਾ ਕੁਆਲਿਟੀ ਦੀ ਗਾਰੰਟੀ ਹੋਊਗੀ ਜੀ ਕੁਆਲਿਟੀ ਦੀ ਗਾਰੰਟੀ ਹੋਊਗੀ ਹਾਂਜੀ ਹਾਂਜੀ ਹੋਰ ਬੱਚਾ ਦਿਖਾਓ ਕਿਹੜਾ ਮੀਟਿੰਗ ਇਹ ਰਾਜਾ ਲੈਣ ਦੀ ਹੈ ਜੀ ਫੀਮੇਲ ਹੈ ਤਾਂ ਵੈਸੇ ਆਪਾਂ ਸ਼ੋਅ ਵਾਸਤੇ ਲੈ ਕੇ ਆਂਦੀ ਆ ਠੀਕ ਆ ਜੀ ਹਾਂ ਚੰਗੇ ਬਲੱਡ ਲੈਣ ਦੀ ਬੱਚੇ ਤੁਸੀਂ ਸਾਰੇ ਦੇਖ ਚੁੱਕੇ ਹੋ ਵੀਰੇ ਇੱਕ ਹੋਰ ਜਾਣਕਾਰੀ ਦਿਓ ਵੀ ਸਟਾਰਟ ਦੀ ਜਿਹੜੀ ਮੀਟਿੰਗ ਬਾਹਰ ਦਿੰਨੇ ਆਪਾਂ ਹਨਾ ਹਾਂਜੀ ਹਾਂਜੀ ਤੇ ਇਹਦੇ ਜਿਹੜੇ ਬੱਚੇ ਨੇ ਕਿੱਥੇ ਤੱਕ ਡਿਲੀਵਰ ਕਰ ਦਿੰਨੇ ਆਪਾਂ ਕਿਵੇਂ ਜੀ ਡਿਲੀਵਰੀ ਕਿੱਥੇ ਤੱਕ ਕਰ ਦਿੰਨੇ ਬੱਚੇ ਡਿਲੀਵਰੀ ਬਾਈ ਜੀ ਜਿੱਥੋਂ ਤੱਕ ਕਹੋਗੇ ਹੋ ਜਾਊਗੀ ਪਰ ਐਂ ਵੀ ਡਿਲੀਵਰੀ ਦਾ ਖਰਚਾ ਵੱਖਰਾ ਲੱਗੂਗਾ ਅੱਛਾ ਉਹਦਾ ਖਰਚਾ ਰੇਟ ਤੋਂ ਵੱਖਰਾ ਹੋਊਗਾ ਹਾਂ ਜਿੰਨਾ ਵੀ ਤੁਹਾਡਾ ਰੇਟ ਕਲੀਅਰ ਹੁੰਦਾ ਉਹ ਤੋਂ ਐਕਸਟਰਾ ਤੁਸੀਂ ਚਾਰਜ ਉਹਦੇ ਲੈਣੇ ਹੋ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਸੂਈ ਹੋਈ ਹੈ ਇਹਦੇ ਬੱਚੇ ਪਏ ਆ ਘਰ ਠੀਕ ਹੈ ਜੀ ਹਾਂ 12000 ਰੁਪਏ ਦਾ ਮੇਲ ਫੀਮੇਲ ਮਿਲ ਜਾਊਗਾ ਜੀ ਇਹਨਾਂ ਦਾ ਹਾਂਜੀ ਠੀਕ ਹੈ ਜੀ ਇਹ ਪੇਪਰਾਂ ਵਾਲੇ ਬਤਾਓ ਨਹੀਂ ਬਿਨਾ ਪੇਪਰਾਂ ਤੋਂ ਹੈ ਜੀ ਬਿਨਾ ਪੇਪਰ ਹਾਂ ਠੀਕ ਹੈ ਜੀ ਲੈ ਆਪਣੇ ਕੋਲੇ ਪੇਪਰਾਂ ਵਾਲੇ ਵੀ ਮਿਲ ਜਾਂਦੇ ਆ ਬਿਨਾ ਪੇਪਰ ਤੋਂ ਮਿਲ ਜਾਂਦੇ ਆ ਕਿਸ ਸਟੱਡ ਹੈਗਾ ਆਪਣਾ ਅੱਛਾ ਚੈਂਪੀਅਨ ਜਾਰਾ ਦਾ ਬੱਚਾ ਹੈਗਾ ਇਹ ਕਿਹੜੇ ਕਿਹਦਾ ਬੱਚਾ ਹੈ ਜਾਰਾ ਦਾ ਬੱਚਾ ਜੀ ਜਾਰਾ ਦਾ ਬੱਚਾ ਹਾਂ 10000 ਰੁਪਏ ਸਿਰਫ ਮੀਟਿੰਗ ਫੀਸ ਰੱਖੀ ਹੋਈ ਹੈ ਲੋਕੀ ਕਈ ਬੰਦਿਆਂ ਨੂੰ ਸ਼ੌਂਕ ਹੁੰਦਾ ਵੀ ਆਪਾਂ ਚੰਗੇ ਤੋਂ ਮੀਟਿੰਗ ਕਰਵਾਈਏ ਤੇ ਫੀਸ ਵੀ ਆਪਣੀ ਨਾਰਮਲ ਹੋਵੇ ਆਪਣੇ ਨਾਰਮਲ ਫੀਸ ਰੱਖੀ ਹੋਈ ਆ ਤੇ ਕੁਆਲਿਟੀ ਆਪਣੇ ਕੋਲ ਕੁਆਲਿਟੀ ਦੀ ਗਾਰੰਟੀ ਹੋਊਗੀ ਬਾਈ ਜੀ ਕੁਆਲਿਟੀ ਬੌਬ ਲੈਣ ਦਾ ਸਟੱਡ ਆ ਉਹਦੀ ਵੀ ਆਪਣੀ ਫੁੱਲ ਗਾਰੰਟੀ ਹੈ ਕੁਆਲਿਟੀ ਦੀ ਸਾਰਿਆਂ ਦੀ ਓਕੇ ਆ ਆਹ ਵੇਖੋ ਐਂਗੂਲੇਸ਼ਨ ਜਿਹੜਾ ਪੂਰਾ ਠੀਕ ਹੈ ਜੀ ਵੀਰੇ ਕਿਸੇ ਨੂੰ ਜ਼ਰੂਰਤ ਹੁੰਦੀ ਆ ਤੁਹਾਡੇ ਨਾਲ ਸੰਪਰਕ ਕਰਨ ਦੀ ਸਟਾਰਟ ਮੀਟ ਦੀ ਜਾਂ ਫਿਰ ਬੱਚਾ ਕੋਈ ਪਰਚੇਜ ਕਰਨਾ ਹੁੰਦਾ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੁੰਦੀ ਆ ਉਹਦੇ ਵਾਸਤੇ ਤੁਸੀਂ ਕੰਟੈਕਟ ਨੰਬਰ ਦੇ ਦਿਓ ਕੰਟੈਕਟ ਨੰਬਰ 9464062525 ਜੀ ਇੱਕ ਵਾਰੀ ਹੋਰ ਦੱਸ ਦਿਓ 9464062525 ਜੀ ਕਿਆ ਮਗਰੋਂ ਚਿੱਟਾ ਜਾਂ ਕਿੱਥੋਂ ਕੱਢ ਲੈਣਾ ਇਹ ਵੀ ਇੱਧਰ ਹੀ ਪਿਆਸ ਗਏ ਰਹਿ ਗਿਆ ਸੀਗਾ ਕਿਹੜਾ ਇਹਦੇ ਪਾਉਂ ਫੀਮੇਲ ਆ ਜੀ ਟੋਏ ਪਾਉਂ ਫੀਮੇਲ ਆ ਜੀ ਹਾਂ ਇਹ ਵੀ ਕ੍ਰਾਸ ਕਰਾਈ ਹੋਈ ਹੈ ਇਹਨਾਂ ਦੇ ਵੀ ਬੱਚੇ ਆਪਣੇ ਕੋਲੇ ਮਿਲ ਜਾਂਦੇ ਇਹ ਵੀ ਸ਼ੋਅ ਕਰਨ ਵਾਸਤੇ ਲੈ ਕੇ ਹਾਂ ਇਹ ਵੀ ਸ਼ੋਅ ਚ ਪਾਉਣ ਵਾਸਤੇ ਲੈ ਕੇ ਆਂਦੀ ਆ ਠੀਕ ਆ ਜੀ ਬੱਚੇ ਤੁਹਾਡੇ ਵਧੀਆ ਲੱਗੇ ਕਿਸੇ ਵੀਰ ਨੂੰ ਜ਼ਰੂਰਤ ਹੁੰਦੀ ਆ ਵੀਡੀਓ ਤੋਂ ਨੰਬਰ ਲੈ ਕੇ ਵੀਰਾਂ ਨੂੰ ਕਰ ਲਓ ਕਾਲ ਬੱਚਾ ਪਰਚੇਜ ਕਰਨਾ ਸਟੱਡ ਮੀਟਿੰਗ ਦੀ ਜ਼ਰੂਰਤ ਆ ਮੀਟਿੰਗ ਵਾਸਤੇ ਵੀ ਹੈਗਾ ਆਲ ਬਰੀਡ ਇਹਨਾਂ ਕੋਲੇ ਹੈਗੀ ਆ ਸਟੱਡ ਦੀ ਵੀ ਹੈਗੀ ਆ ਬੱਚੇ ਵੀ ਇਹਨਾਂ ਕੋਲੇ ਮਿਲ ਜਾਂਦੇ ਨੇ ਕਿਸੇ ਵੀ ਵੀਰ ਨੂੰ ਜ਼ਰੂਰਤ ਆ ਸਾਰੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਿਆ ਕਿਸੇ ਨੂੰ ਵੀਰ ਨੂੰ ਬੱਚਾ ਪਸੰਦ ਆਉਂਦਾ ਤਾਂ ਵੀਡੀਓ ਤੋਂ ਨੰਬਰ ਲੈ ਕੇ ਕਰੋ ਕਾਲ ਇਹਨਾਂ ਕੋਲੋਂ ਬੱਚਾ ਪਰਚੇਜ ਕਰ ਸਕਦੇ ਹੋ ਸਟੱਡ ਦੀ ਮੀਟਿੰਗ ਵੀ ਇਹਨਾਂ ਤੋਂ ਲੈ ਸਕਦੇ ਹੋ ਬਹੁਤ ਵਧੀਆ ਲੱਗਿਆ ਵੀਰ ਜੀ ਮਿਲ ਕੇ ਤੁਹਾਨੂੰ ਚੱਲਦੇ ਅਗਲੇ ਵੀਰਾਂ ਕੋਲੇ ਕਰਦੇ ਹਾਂ ਗੱਲਬਾਤ ਅਤੇ ਮਿਲਾਉਂਦੇ ਇੱਕ ਨਵੇਂ ਬਰੀਡਰ ਵੀਰ ਦੇ ਨਾਲ